ਮੇਰੇ ਯਾੜਾ ਦਾ ਕਾਰੋਬਾਰ ਹੈ, ਲੈ ਲਿਆ ਇਹਨੂੰ। ਸਾਦਾ ਹੀ ਨੇ ਬਿਲਕੁਲ ਨੋਕੀਆ ਦਾ ਔਰ ਥੱਕ। ਮੈਨੂੰ ਇਲਾਕੇ ਦਾ ਪਤਾ ਕੋਈ ਨਹੀਂ, ਤੇ ਟੈਕਸ ਲੋਕ ਚਾਹ ਲੈਂਦੇ। ਮੈਂ ਜੋ ਹਾਂ ਨੇ ਅੱਗੇ ਤੁਹਾਡਾ ਚਾਹੋਗੇ, ਅਸੀਂ ਮੈਨੂੰ ਤਾਂ ਕੋਈ ਹੱਥ ਹੀ ਨਾ ਲੈ ਸੀ ਤੁਹਾਡੇ। ਅੱਖੀ ਚੱਕੀ ਕਿਹ ਨਹੀਂ ਮੇਰੀ, ਸਾਦਾ ਹੀ ਨੇ, ਬਟਨ ਹੀ ਨੇ ਮੇਰੇ। ਖੇਡਾਂ ਦੇ ਨਾਲ ਗੇਮਾਂ ਖੇਡੋ, ਹੱਥਾਂ ਦੇ ਨਾਲ ਹੋ ਕੇ ਉਹਨੇ ਆੜੇ ਸਿਗਨਲ ਕੋਈ ਨਾ, ਮੈਂ ਤੈਨੂੰ ਛੱਤ ਤੇ ਝੜ ਕੇ ਕਰਿੰਦਾ ਰਹੀ। ਬੰਦੇ ਐਲਾਨ ਦਾਨ ਕਰਨੀ ਹੈ, ਮੇਰਾ ਤਾਂ ਪਰਦਾ ਘਾਰੇ ਚ ਪਰਦਾ ਤਾਂ ਹੋਵੇ ਜੀ, ਤੂੰ ਕਹਿ ਬੰਦੇ ਦਾ ਪੁੱਤਰ ਹੋਵੇ। ਇਹ ਜੋ ਵੀ 25 ਅੰਗਰੇਜ਼ ਲੱਗੇ ਤੇ ਲੱਗੇ ਰਹਿਣ ਤੇ ਤੂੰ ਇੱਕੋ ਤਿਆਰ ਹੋ। ਹੁਣ ਮੇਰਾ ਨਸੀਬ ਬਣਿਆ ਕਿੱਥੇ ਆ ਜੋੜ ਤੁਹਾਡੇ ਗਾਣਾ। ਬਾਬਾ ਅੰਗਰੇਜ਼ ਦਾ ਬਣਿਆ ਹੋਇਆ ਵੇ, ਜੇ ਮੁਸਲਮਾਨਾਂ ਦਾ ਬਣਿਆ ਹੋਇਆ ਹੁੰਦਾ ਤਾਂ ਤੇ ਬਾਡੀ ਤੇਰੀ ਨੂੰ ਹੱਥ ਲਾਵਣ ਦਿੰਦਾ। ਸਾਰੇ ਬਣਦੇ ਪਏ ਮੁਲਕ ਚ ਬਣਦੇ ਪਏ। ਮੰਜੀ ਤੇ ਪਿਆ ਤੇ ਹਰ ਕੋਈ ਆਦਾ ਇੱਕ ਖੋਤਾ ਪੀਏ। ਇੱਥੇ ਰੱਖੋ, ਮੈਂ ਤੁਹਾਨੂੰ ਕਿਹਾ ਹਾਲਾਂਕਿ ਵੇਖ ਲਓ 500 ਰੁਪਏ ਦਾ ਬੈਲੈਂਸ ਪਵਾਇਆ ਤੇ ਉਸ ਵੇਲੇ ਬਸ ਕੀਤੀ ਹੈ, ਜਿਵੇਂ ਤੇਰੇ ਅੰਦਰ ਬਾਲੜੀਆ ਕਬੂੜਾ ਬਸ ਕਰ, ਤੇਰੇ 2 ਰੁਪਏ ਰਹਿ ਗਏ। ਚਲੋ ਬਾਲੜੀ ਚ ਆਖਿਆ ਤਾਂ ਉੱਥੇ ਕੰਪਿਊਟਰ ਵਿੱਚ ਬੋਲੀ ਤੇ ਇਹ ਪਿਆ ਆਖਿਆ ਜਿਹਨੇ, ਨਹੀਂ ਮੇਰੀ ਧੀ ਮੈਂ ਤਾਂ ਤੇਰੇ ਪਿਓ ਨਾਲ ਗੱਲ। ਬਾਬਾ ਪੈਗੰਬਰ ਦੀ ਹਦੀਸ ਹੈ, ਧੀ ਕਾਫਿਰ ਦੀ ਹੋਵੇ ਧੀ ਹੁੰਦੀ ਹੈ। ਅੱਲਾ ਦੀ ਕਸਮ ਮੇਰੀ ਕੀਮਤ ਪੂਰੀ ਹੋ ਗਈ ਜਿਹੜੀ ਸਾਹਮਣੇ ਘਰ ਮੇਰੀ ਗੱਲ ਕਰਾਈ। ਸ਼ੁਕਰਕਾਰ ਮੋਬਾਈਲ ਆ ਗਿਆ ਨੇ, ਦੱਲੇ ਇਤਨਾ ਭਾਤ ਕਰਦੇ ਆ। ਵੇਖੇ ਨਾ ਬਾਵੇਂ ਤੇਰੀ ਪਲਾਸਟਿਕ ਦੀ ਬਾਡੀ ਹੈ, ਕੰਮ ਦਲਿਓ ਜਿਤਨਾ ਦੇਂਦਾ ਵੀ। ਸ਼ੁਕਰਕਾਰ ਮੈਂ ਆ ਗਿਆ, ਤੇਰੇ ਪਿਓ ਦੇ ਤਾਂ ਜੀ ਥੋੜਾ ਬਿਲਕੁਲ ਕੰਮ ਲੈਂਦੇ ਪਏ। ਸਾਡਾ ਦਿਨ ਮਿਲਾ ਹੈ ਅੱਜ ਤੈਨੂੰ ਵੇਖ ਲਓ ਮੰਡੀ ਵਿੱਚ ਮਿਲਾ ਤੇ ਸਾਰੀਆਂ ਦਾ ਰੇਟ ਨਹੀਂ ਦੱਸਿਆ। ਮੈਂ ਤੁਹਾਨੂੰ ਆਖਿਆ ਮੰਡੀ ਉੱਠੀ ਹੋਈ ਨੇ, ਜਿਹੜੀ ਜਿਹੜੀ ਜੰਮੀ ਪਈ ਨੇ ਲਾਹ ਵੰਨੋ। ਤੂੰ ਵੀ ਮੇਰੇ ਹੱਥ ਚ ਹੋਵੇ ਤੇ ਵੇਖ ਲਓ, ਕਹਿਣ ਦਾ ਪਤਾ ਹੀ ਨਾ ਲੱਗੇ ਤੇਰਾ ਕੀ ਫਾਇਦਾ। ਨਾ ਨਾ ਮੇਰਾ ਤਾਂ ਹਾਰ ਦਾ ਕੰਮ ਹੈ। ਹਾਲਾਂਕਿ ਹਾਲੀ ਵੀ ਰਹਾ 5000 ਰੁਪਈਆ ਬਰੇ ਤੇ ਗਿਆ ਠੱਗੀ ਆ, ਕਹਿੰਦਾ ਆ ਧਿਆਨ ਉਹਦਾ ਹੈ ਨਾ। ਹਾਲਾਂਕਿ ਪੈਸੇ ਸੈਮਸੰਗ ਦੇ ਬਰੇ ਨਿਕਲਾ ਦੀਨੂ ਦੇ ਬੜਿਆ, ਉਹ ਟੈਲੀਵਿਜ਼ਨ ਹੁੰਦੇ ਨਾ ਮਰੇ, ਇਹ ਮੋਬਾਈਲ ਨਾਲ ਗੱਲਾਂ ਕਰਿਆ ਕਰੇ। ਇਹ ਮੋਬਾਈਲ ਦੀ ਕੰਪਨੀ ਹੁੰਦੀ ਹੈ। ਰਾਤੀ ਕਿ ਨਹੀਂ ਬਬਰੇਸ਼ਨ ਲਾਈ ਨੇ, 2 ਵਾਰੀ ਮੈਂ ਤੇਰੇ ਪਿਓ ਦੀ ਮੋਠੇ ਛੁੱਟ ਗਿਆ।
ਮੈਨੂੰ ਬਾਬੇ ਆਖਿਆ ਬਾਅਦ ਜਿਹੜਾ ਮੇਜ਼ ਤੇ ਕੰਮ ਦਾ ਪਿਆ ਇਹਨੂੰ ਪਿੱਛੋਂ ਕੋਈ ਕਰੇਂਦਾ ਪਿਆ ਸਾਹਮਣੇ ਵਾਲਾ ਜੇਬ ਜੇਬ ਹੁੰਦੀ ਹੈ ਸਿਗਨਲ ਸਿਗਨਲ ਤੇ ਆਦੇ ਆਉਂਦੇ ਤੇ ਤੈਨੂੰ ਸ਼ਲਵਾਰ ਵਾਲੇ ਭੋਜੇ ਚ ਗੱਤਾ ਨਾ ਨਾ ਉੱਥੇ ਨਾ ਗੱਤਿਆ ਭਈ ਕੋ ਲੁਕਣ ਦੀ ਥਾਰੀ ਹੈ ਨਹੀਂ ਨਹੀਂ ਉਸ ਪਾਸੇ ਲੈ ਨਹੀਂ ਜਾਉਣਾ ਸਾਫ ਸਾਫ ਚਲਾਓ ਮੈਂ ਸਾਫ ਚਲਾਉਂਦੇ ਪਏ ਆ ਵਾਹ ਭਾਈ ਚੰਗਾ ਮੋਬਾਈਲ ਹੈ ਹਾਂ ਘਰ ਘਰ ਮੇਰੀ ਗੱਲ ਕਰਾਈ ਸੀ ਜੀ ਆ ਕਿਉਂ ਨਾ ਕਰਾਈ ਸਾਰੀ ਰਾਤ ਟਾਪ ਨੀ ਪੈਂਦੀ ਤੇ ਅੱਲਾ ਦੀ ਕਸਮ ਮੈਨੂੰ ਪੈ ਕੇ ਜਾਲੀ ਡਈ ਹੋਣ ਮਿੰਟ ਦੋ ਮਿੰਟ ਵਾਲੀਆਂ ਮੇਰਾ ਫਨਾਹ ਕਰ ਗੱਤੇ ਮੂੰਹ ਨਾਲ ਨਾਲ ਅਗਲੇ ਦੀ ਆਵਾਜ਼ ਨਹੀਂ ਆਉਂਦੀ ਗੱਲ ਤੇ ਹੱਥ ਚਲਾ ਪਰਚੋ ਵੈਂਦਾ ਤੇ ਮੈਂ ਟੂਰਨਾਮੈਂਟ ਹੀ ਸਾਈ ਖੇਡਦਾ ਆਪਣੇ ਨਸੀਬ ਨੂੰ ਆਖ ਇਹ ਰਾਤੀ ਕਿਉਂ ਕਿਹਦੇ ਵਗ ਗਿਆ ਜੀ ਸਾਰੀ ਰਾਤ ਮੈਂ ਇੱਧਰ ਕਾਲਾਂ ਦੀਆਂ ਰਹੀਆਂ ਡੰਮੀਆਂ ਨੇ ਬਿਸ ਕਾਲਾਂ ਡਿੱਠੀਆਂ ਨੇ ਉਹਦੀਆਂ ਧੀਆਂ ਪੁਣੀਆਂ ਨੇ ਮੈਨੂੰ ਘਰ ਦੇ ਭੁਗਾ ਬਾਬਾ ਨੀਂਦ ਆ ਗਈ ਹੈ ਜੇ ਲਿਆ ਖੁੱਲੀਏ ਤੇਰੇ ਡੇਡ ਚ ਸਾਰੀਆਂ ਘਾਟ ਨਹੀਂ ਲਈਆਂ ਮੋੜੇ ਮੇਰਾ ਉਸ ਲੈਣ ਦਾ ਮੈਂ ਤੁਹਾਡੀਆਂ ਸਾਰੀ ਰਾਤ ਲਾ ਚ ਪਿਆ ਰਹੀਆਂ ਪਿਛਲਿਆਂ ਨੂੰ ਆਖ ਦੋ ਚਾਰ ਚਾਰ ਗੱਲਾਂ ਕਰ ਲੈ ਗੱਲਾਂ ਰਾਜ ਕੇ ਕਰਦੇ ਪਏ ਆ ਐਮਰਜੈਂਸੀ ਕਰਨੀ ਹੋਵੇ ਤੁਸੀਂ ਕੋਲੋਂ ਪੈਸੇ ਦਿੰਦੇ ਹੋ ਹਾਂ ਨੋਕੀਆ ਦਾ ਬੰਦੇ ਸਾਰੇ ਆਦੇ ਸਾਰੇ ਥਾਈ ਮੈਂ ਬਾਟੀਆਂ ਨਾ ਦੇ ਤੇ ਘਰ ਜਾਏ ਬਿਗੜੇ ਜੇ ਮੈਂ ਤੈਨੂੰ ਸਿੱਧਾ ਮੁੱਦਾ ਕਰ ਤੇ ਕਰਾਂ
ਹੱਥ ਲੈਣਾ ਵੀ ਮੈਂ ਖਾ ਅਗਲੀ ਬਾਡੀ ਨਹੀਂ ਬਟਨਾ ਤੇ ਦਸ ਨਾ ਲਗਾ ਉਧਰ ਲਗੋਗੀ ਚਾਰ ਅੱਜ ਥੋੜੀ ਜਿਹੀ ਦੇਰ ਮੇਰਾ ਚਾਰਜ ਨਸ਼ਈਆਂ ਲੁਕਾ ਲਈ ਆਈ ਤੋ ਜਵਾਨ ਉਹ ਜੱਡੂ ਟੁੱਟਣਾ ਚਾਚਾ ਮੁਲਾਜ਼ਮ ਕੋਲ ਵੰਦਾ ਹਾਂ ਚਾਰਜ ਗਿਆ ਤੇਰਾ ਨਸ਼ਈਆਂ ਚਾ ਜਿਹੜਾ ਮੈਂ ਚਾਰਜ ਦੀ ਪਾਉ ਤੇਰੇ ਸਾਹਮਣੇ ਦੇ ਗੱਲ ਕਰ ਚਾਰਜ ਕਾ ਤਰਨ ਵਾਲੇ ਥਾਰ ਜੋ ਮੋਕ ਲਈ ਹੋ ਗਈ ਉਹ ਜੱਡੂ ਤੇ ਤੇਰੀ ਬੈਟਰੀ ਲਾਈ ਹੈ ਜਿਹੜੀ ਇੰਜਨ ਖੜੀ ਕਰ ਲੈਂਦੀ ਹੈ ਮੋੜ ਬਾਈ ਦੋ ਰੱਖੋ ਹਾਂ ਬਿਲਕੁਲ